ਜਵਾਨੀ ਤਬਾਹ ਹੋ ਰਹੀ ਹੈ ਇਸ ਆਮ ਆਦਮੀ ਝਾੜੂ ਵਾਲੀ ਪਾਰਟੀ ਦੇ ਕਰਤੂਤਾਂ ਕਰਕੇ। ਆਈ ਭਾਗ ਕੌਰ ਦੇ ਵਾਰਿਸ ਹੋ, ਆਪਾਂ ਪੰਜਾਬ ਨੂੰ ਬਚਾਉਣਾ, ਅਸਾਂ ਪੰਜਾਬ ਨੂੰ ਵਾਪਸ ਸਹੀ ਲੀਹਾਂ ਤੇ ਲੈ ਕੇ ਆਉਣਾ, ਆਪਾਂ ਪੰਜਾਬ 'ਚ ਵਾਪਸ ਖੁਸ਼ੀਆਂ ਲੈ ਕੇ ਆਉਣੀਆਂ। ਉਹਨਾਂ ਦੇ ਜਿਹੜੇ MLA ਹੈ ਆ ਸਾਰੇ ਰਲ ਗਏ ਨਸ਼ੇ ਵੇਚਣ ਵਾਲੇ ਨਾਲ, ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲੇ ਤੋਂ ਮਹੀਨਾ ਬੰਨ ਲਿਆ। ਇੱਕ ਇੱਕ MLA 5-5, 7-7 ਲੱਖ ਰੁਪਇਆ ਮਹੀਨੇ ਦੇ ਉਹ ਆ ਨਸ਼ੇ ਵੇਚਣ ਵਾਲਿਆਂ ਤੋਂ ਲੈਣ ਲੱਗ ਗਏ। ਅਕਾਲੀ ਦਲ ਦੇ ਕਾਨਫਰੰਸ ਵਿੱਚ ਮਾਈ ਭਾਗੋ ਮਾਤਾ ਭਾਗ ਕੌਰ ਜੀ ਨੂੰ ਸਮਰਪਿਤ ਇਸ ਇਤਿਹਾਸਿਕ ਇਕੱਠ ਵਿੱਚ ਹਿੱਸਾ ਲੈਣ ਵਾਸਤੇ ਆਏ ਪਿੰਡਾਂ ਚੋਂ ਸ਼ਹਿਰਾਂ ਚੋਂ ਮੇਰੀਆਂ ਮਾਤਾ ਤੇ ਭੈਣੋ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਮੈਂ ਵਧਾਈ ਦੇਣਾ ਚਾਹੁੰਦਾ ਇਸਤਰੀ ਅਕਾਲੀ ਦਲ ਦੀਆਂ ਸਾਰੀ ਲੀਡਰਸ਼ਿਪ ਨੂੰ, ਵਰਕਰ ਨੂੰ, ਤੇ ਖਾਸ ਕਰਕੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਨੂੰ, ਜਿਨ੍ਹਾਂ ਨੇ ਪਿਛਲੇ 3-4 ਮਹੀਨਿਆਂ ਤੋਂ ਪਿੰਡ ਪਿੰਡ ਜਾ ਕੇ, ਘਰਾਂ 'ਚ ਜਾ ਕੇ, ਸ਼ਹਿਰਾਂ 'ਚ ਜਾ ਕੇ ਬੀਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਵੱਡੀ ਤਾਕਤ ਬਣਨ ਵਾਸਤੇ ਪ੍ਰੇਰਿਆ, ਤੇ ਅੱਜ ਤੁਹਾਡੇ ਸਾਹਮਣੇ ਹੈ ਕਿ ਐਡਾ ਵੱਡਾ ਇਕੱਠ ਕੱਲੀ ਬੀਬੀਆਂ ਦਾ ਕੀਤਾ ਗਿਆ ਇਸਤਰੀ ਅਕਾਲੀ ਦਲ ਦੇ ਵਰਕਰਾਂ ਨੇ, ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ। ਬੀਬੀਆਂ ਕੋਲੇ ਬਹੁਤ ਵੱਡੀ ਸ਼ਕਤੀ ਹੈ, ਤੁਸੀਂ ਸਰਕਾਰਾਂ ਬਣਾ ਸਕਦੇ ਹੋ, ਤੁਸੀਂ ਸਰਕਾਰਾਂ ਹਟਾ ਸਕਦੇ ਹੋ, ਪਰ ਜਦੋਂ ਆਪਾਂ ਬਗੈਰ ਸੋਚੇ ਸਮਝੇ ਜਿਹੜੀ ਆਪਣੇ ਕੋਲੇ ਵੋਟ ਦੀ ਤਾਕਤ ਹੈ ਉਹਦੀ ਵਰਤੋਂ ਕਰਦੇ ਰਹੇ ਹਾਂ, ਉਹੀ ਕਾਰਨ ਹੈ ਕਿ ਆਪਣੀਆਂ ਤਕਲੀਫਾਂ ਵੱਧ ਗਈਆਂ। ਜੇ ਤੁਸੀਂ ਪੰਜਾਬ ਦਾ ਇਤਿਹਾਸ ਦੇਖੋ, ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਕੌਮ ਦੀ ਪੰਥੀ ਇੱਕੋ ਇੱਕ ਪਾਰਟੀ, ਨੁਮਾਇੰਦਾ ਪਾਰਟੀ ਹੈ ਇਸ ਸੂਬੇ ਵਿੱਚ। ਦੁਨੀਆਂ ਦੂਜੀਆਂ ਵਿਰੋਧੀ ਪਾਰਟੀਆਂ, ਸਾਰੀ ਦਿੱਲੀ ਦੀ ਹੁਕਮਰਾਨਾਂ ਦੀਆਂ ਪਾਰਟੀਆਂ ਜਿਨ੍ਹਾਂ ਨੂੰ ਪੰਜਾਬ ਪ੍ਰਤੀ, ਗਰੀਬ ਪ੍ਰਤੀ ਤੇ ਪੰਜਾਬ ਦੀਆਂ ਮੁਸ਼ਕਲਾਂ ਪ੍ਰਤੀ ਕੋਈ ਪਤਾ ਨਹੀਂ। ਤੁਸੀਂ ਸਾਰੇ ਜਾਣਦੇ ਹੋ ਆਪਣੀ ਗਰੀਬ ਪਰਿਵਾਰਾਂ ਨੂੰ, ਬੀਬੀਆਂ ਨੂੰ ਜੇ ਸਹੂਲਤਾਂ ਦਿੱਤੀਆਂ, ਮਿਲਣੀਆਂ ਸ਼ੁਰੂ ਹੋਈਆਂ, ਉਹ ਸਾਰੀਆਂ ਸਹੂਲਤਾਂ ਬਾਪੂ ਬਾਦਲ ਦੀ ਸਰਕਾਰਾਂ ਦੇ ਦੌਰਾਨ ਹੀ ਹੋਇਆ। ਤੁਸੀਂ ਜਾਣਦੇ ਹੋ ਬਾਪੂ ਬਾਦਲ ਕਿੰਨੇ ਸਾਲ ਤੋਂ ਇਸ ਇਲਾਕੇ ਦੇ ਤੇ ਸੂਬੇ ਦੀ ਸੇਵਾ ਕਰਦੇ ਰਹੇ, ਅੱਜ ਉਹ ਆਪਣੇ ਵਿੱਚ ਨਹੀਂ, ਪਰ ਅੱਜ ਆਪਾਂ ਨੂੰ ਸਾਰਾ ਯਾਦ ਆਉਂਦਾ ਕਿ ਕਿਵੇਂ ਬਾਪੂ ਬਾਦਲ ਘਰਾਂ 'ਚ ਆ ਕੇ ਬੀਬੀਆਂ ਨੂੰ, ਮਾਤਾ ਨੂੰ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਹੁੰਦੇ ਸੀ। ਉਹਨਾਂ ਦੀਆਂ ਮੁਸ਼ਕਲਾਂ ਸਮਝ ਕੇ ਹੀ ਉਹਨਾਂ ਨੇ ਦੇਖਿਆ ਕਿ ਗਰੀਬ ਜਨਤਾ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਏ, ਤੇ ਜਦੋਂ ਬਾਪੂ ਬਾਦਲ
ਮੁੱਖ ਮੰਤਰੀ ਬਣੇ ਉਹਨਾਂ ਨੇ ਆਟਾ ਦਾਲ ਦੇਣਾ ਸ਼ੁਰੂ ਕੀਤਾ, ਨੀਲੇ ਕਾਰਡ ਬਣਾਏ। ਬਾਪੂ ਬਾਦਲ ਨੇ ਲੜਕੀਆਂ ਦੀ ਸ਼ਾਦੀ ਵਾਸਤੇ ਸ਼ਗਨ ਸਕੀਮ ਚਾਲੂ ਕੀਤੀ, ਬਜ਼ੁਰਗ ਮਾਈਆਂ ਨੂੰ ਪੈਨਸ਼ਨ ਦੇਣਾ ਸ਼ੁਰੂ ਕੀਤਾ। ਬਾਪੂ ਬਾਦਲ ਨੇ ਜਿਹੜੇ 80 ਬੱਚੇ ਹੈ ਉਹਨਾਂ ਦੀ ਪੜ੍ਹਾਈ ਵਾਸਤੇ ਸਕਾਲਰਸ਼ਿਪ ਦੇਣੀ ਸ਼ੁਰੂ ਕੀਤੀ, ਤੇ ਬਾਪੂ ਬਾਦਲ ਨੇ ਨਰਸਰੀ ਤੋਂ ਲੈ ਕੇ ਕਾਲਜ ਤੱਕ ਬੀਬੀਆਂ ਦੀ ਪੜ੍ਹਾਈ ਮੁਫ਼ਤ ਕੀਤੀ। ਬਾਪੂ ਬਾਦਲ ਤਾਂ ਜਦੋਂ ਚਾਹੁੰਦੇ ਸੀ ਕਿ ਜਦੋਂ ਮੇਰੀਆਂ ਬੀਬੀਆਂ ਬੱਚੀਆਂ 10ਵੀਂ 11ਵੀਂ 12ਵੀਂ ਜਾਣ, ਉਹਨਾਂ ਨੂੰ ਸਕੂਲ ਜਾਣ ਦੀ ਤਕਲੀਫ ਨਾ ਹੋਏ, ਸਾਈਕਲ ਵੀ ਦੇਣੇ ਸ਼ੁਰੂ ਕੀਤੇ ਬਾਪੂ ਬਾਦਲ ਦੇ ਟਾਈਮ। ਤੁਸੀਂ ਜਾਣਦੇ ਹੋ ਜਿਹੜੀਆਂ ਨੌਕਰੀਆਂ ਸੀ ਉਹਦੇ ਵੱਧ ਤੋਂ ਵੱਧ ਬੱਚਿਆਂ ਨੂੰ ਵੀ, ਲੜਕੀਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ। ਆ ਜਿਹੜੇ ਬਾਪੂ ਬਾਦਲ ਦੇ ਜਿੰਨੇ ਫੈਸਲੇ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਤੇ ਹੁਣ ਝਾੜੂ ਵਾਲੇ ਆਏ, ਇਹਨਾਂ ਨੇ ਸਾਰਾ ਕੁਛ ਹੀ ਬੰਦ ਕਰ ਦਿੱਤਾ। ਆ ਜਿਹੜੇ ਪੁਲਿਸ ਮਹਿਕਮੇ ਤੁਸੀਂ ਬੀਬੀਆਂ ਦੇਖਦੇ ਹੋ, ਪਹਿਲੇ ਪੰਜਾਬ ਪੁਲਿਸ ਵਿੱਚ ਬੀਬੀਆਂ ਨਹੀਂ ਹੁੰਦੀਆਂ ਸੀ, ਆ ਬੀਬੀਆਂ ਨੂੰ ਪੁਲਿਸ ਭਰਤੀ ਕੀਤਾ, ਬਾਪੂ ਬਾਦਲ ਨੇ ਕੀਤਾ। ਇੱਕ ਮਾਈ ਭਾਗੋ ਜੀ ਦੀ ਨਾਂ ਤੇ ਇੱਕ ਫੌਜ ਦੀ ਬਹੁਤ ਵਧੀਆ ਅਕੈਡਮੀ ਬਣਾਈ ਗਈ ਹੈ ਮੋਹਾਲੀ ਵਿੱਚ, ਜਿੱਥੇ ਬੀਬੀਆਂ ਨੂੰ ਫੌਜ ਵਿੱਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਖਾਸ ਕਾਲਜ ਬੀਬੀਆਂ ਵਾਸਤੇ ਖੋਲੇ ਗਏ, ਖਾਸ ਪੁਲਿਸ ਸਟੇਸ਼ਨ ਬੀਬੀਆਂ ਵਾਸਤੇ ਖੋਲੇ ਗਏ ਕਿ ਬੀਬੀਆਂ ਨੂੰ ਆਮ ਪੁਲਿਸ ਸਟੇਸ਼ਨ ਜਾਣ ਦੀ ਲੋੜ ਨਾ ਪਏ। ਤੁਸੀਂ ਜਾਣਦੇ ਹੋ ਬਾਪੂ ਬਾਦਲ ਦੇ ਸਮੇਂ ਕਿਵੇਂ ਤੁਹਾਡੇ ਪਿੰਡਾਂ 'ਚ ਤਰੱਕੀ ਹੋਈ, ਆ ਇਲਾਕਾ ਜਾਂਦਾ ਕਿਵੇਂ ਇੱਥੇ ਸੇਮ ਹੁੰਦੀ ਸੀ। ਆ ਜਿਹੜੇ ਤੁਹਾਡੇ ਆਪਣੇ ਪਿੰਡਾਂ ਵਿੱਚ ਸਕੂਲ ਬਣਾਏ ਹੈ, ਹਸਪਤਾਲ ਬਣਾਏ ਹੈ, ਡਿਸਪੈਂਸਰੀਆਂ ਬਣੀਆਂ, ਕੱਸੀਆਂ ਬਣਾ ਕੱਢੀਆਂ, ਖਾਲੇ ਬਣਾਏ ਹੈ, ਗਲੀਆਂ ਨਾਲੀਆਂ ਬਣਾਈਆਂ, ਆ ਸਾਰੀ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ। ਬਾਪੂ ਬਾਦਲ ਤਾਂ ਘਰ ਰਿਪੇਅਰ ਕਰਨ ਵਾਸਤੇ ਪੈਸੇ ਦਿੰਦੇ ਹੁੰਦੇ ਸੀ, ਪਰ ਤੁਸੀਂ ਦੇਖਿਆ ਜਦੋਂ ਬਾਪੂ ਬਾਦਲ ਦੀ ਸਰਕਾਰ ਗਈ ਪਿਛਲੇ 7 ਸਾਲਾਂ ਤੋਂ ਤਬਾਹੀ ਆ ਗਈ ਪੰਜਾਬ 'ਚ। ਪਹਿਲੇ ਕੈਪਟਨ ਕਾਂਗਰਸ ਦਾ ਮੁੱਖ ਮੰਤਰੀ ਸੀ, ਕੁਛ ਨਹੀਂ ਕੀਤਾ, 5 ਸਾਲ ਬਰਬਾਦ ਕਰ ਦਿੱਤੇ, ਫਿਰ ਝਾੜੂ ਵਾਲੇ ਆਏ, ਆ ਡਰਾਮੇਬਾਜ ਆਏ, ਇੰਨਾ ਝੂਠ ਬੋਲ ਲਿਆ, ਐਡੇ ਵੱਡੇ ਗੱਲਾਂ ਬਾਰੇ ਵਾਅਦੇ ਕੀਤੇ, ਪਰ ਉਹਨਾਂ ਦੇ ਮਨ ਸ਼ੈਤਾਨੀ ਸੀ, ਉਹਨਾਂ ਦੇ ਮਨ 'ਚ ਕੋਈ ਪਿਆਰ ਨਹੀਂ ਸੀ ਗਰੀਬ ਪ੍ਰਤੀ, ਕੋਈ ਪੰਜਾਬ ਪ੍ਰਤੀ ਪਿਆਰ ਨਹੀਂ ਸੀ, ਉਹ ਤਾਂ ਕੱਲਾ ਲੁੱਟਣਾ ਚਾਹੁੰਦੇ ਸੀ ਜਿਵੇਂ ਅੰਗਰੇਜ਼ਾਂ ਨੇ ਤੇ ਮੁਗਲਾਂ ਨੇ ਲੁੱਟਿਆ, ਤੇ ਆਪਾਂ ਉਹਨਾਂ ਦੀਆਂ ਗੱਲਾਂ ਦਾ ਸ਼ਿਕਾਰ ਹੋ ਗਏ। ਉਹ ਬੀਬੀਆਂ ਨੂੰ ਕਹਿੰਦੇ ਸੀ ਕਿ ਅਸੀਂ 1000 ਰੁਪਇਆ ਦੇਵਾਂਗੇ ਹਰ ਮਹੀਨੇ, 2500 ਕਰ ਦਾਂਗੇ ਪੈਨਸ਼ਨ, ਆਟਾ ਦਾਲ ਦੁੱਗਣਾ ਕਰ ਦਾਂਗੇ। ਅਸੀਂ ਬੜਾ ਕੁਛ ਕਿਹਾ ਉਦੋਂ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ, ਕਿਉਂਕਿ ਆ ਸਾਰਾ ਝੂਠ ਬੋਲਦੇ ਹੈ, ਇਹਨਾਂ ਦਾ ਪਿਛੋਕੜ ਝੂਠਾਂ ਦਾ ਹੈ, ਆ ਪੰਜਾਬ ਤੋਂ ਬਾਹਰ ਦੇ ਹੈ, ਇਹਨਾਂ ਨੂੰ ਪੰਜਾਬ ਦੇ ਗਰੀਬ ਜਨਤਾ ਦੀ, ਕਿਸਾਨ ਦੀ, ਮਜ਼ਦੂਰ ਦੀ ਸਮੱਸਿਆ ਨਹੀਂ ਪਤਾ। ਪਰ ਉਦੋਂ ਮਾਹੌਲ ਹੀ ਅਜਿਹਾ ਬਣ ਗਿਆ ਹੈ, ਲੋਕੀ ਸਮਝੇ ਪਤਾ ਨਹੀਂ ਕਿਹੋ ਬਦਲਾ ਕਿ ਅਸੀਂ ਬਦਲਾ ਲੈ ਕੇ ਆਉਂਗੇ, ਬਦਲਾ ਕੀ ਲਿਆਉਣਾ ਸੀ ਕਿ ਤਬਾਹੀ ਲਿਆਉਂਦੀ। ਅੱਜ ਤੁਹਾਡੇ ਨੀਲੇ ਕਾਰਡ ਕੱਟਤੇ ਕਿ ਨਹੀਂ ਕੱਟੇ ਦੱਸੋ, ਤੁਹਾਡੇ ਦਾਲਾਂ ਜਿਹੜੇ ਬਾਪੂ ਦਿੰਦਾ ਹੁੰਦਾ ਸੀ ਨਹੀਂ ਹੁਣ ਮਿਲਦੀਆਂ, ਪੈਨਸ਼ਨਾਂ ਕੱਟਤੀਆਂ,
ਸ਼ਗਨ ਤਾਂ ਹਲੇ ਤੱਕ ਆਏ ਨਹੀਂ। ਜਿਹੜੇ ਹਸਪਤਾਲ ਸੀ ਉੱਥੇ ਹੁਣ ਡਾਕਟਰ ਵੀ ਹੈ ਨਹੀਂ। ਆ ਜਿਹੜੇ ਕਹਿੰਦੇ ਹੈ ਕਿ ਅਸੀਂ 600 ਯੂਨਿਟ ਗਰੀਬ ਜਨਤਾ ਦੇ ਅਸੀਂ ਮੁਫਤ ਦਿੰਦੇ ਹਾਂ, ਪਹਿਲੀ ਗੱਲ 400 ਤਾਂ ਬਾਪੂ ਬਾਦਲ ਹੀ ਦਿੰਦਾ ਹੁੰਦਾ ਸੀ, ਤੇ ਹੁਣ ਮੁਫਤ ਕੀ? ਮੈਂ ਜਦੋਂ ਪਿੰਡਾਂ 'ਚ ਮੇਰੇ ਕੋਲ ਬੀਬੀਆਂ ਆਈਆਂ, ਕਈ ਬੀਬੀਆਂ ਮਿਲਣ ਆਈਆਂ, ਸਾਰਿਆਂ ਨੂੰ ਬਿੱਲ ਆਉਣ ਲੱਗ ਗਏ ਕਿ ਆ ਹੋਣ ਲੱਗ ਗਏ ਤੁਹਾਨੂੰ। ਤੇ ਬਾਪੂ ਬਾਦਲ ਦੇ ਟਾਈਮ ਨਾ ਇੱਥੇ ਕੋਈ 600 ਯੂਨਿਟ ਦੇਖਦਾ ਸੀ, ਨਾ ਕੋਈ 800 ਯੂਨਿਟ ਦੇਖਦਾ ਸੀ, ਤੁਹਾਡੇ ਕੋਈ ਪੁੱਛਦਾ ਸੀ ਕਿਤੇ? ਅੱਜ ਨਸ਼ਿਆਂ ਨੇ ਤਬਾਹ ਕਰਤਾ ਪੰਜਾਬ। ਨਸ਼ੇ ਕਿਉਂ ਵੱਧ ਗਏ ਅੱਜ ਪੰਜਾਬ 'ਚ? ਇਸ ਲਈ ਵੱਧ ਗਏ ਕਿ ਜਿਹੜੇ ਝਾੜੂ ਵਾਲੇ ਹੈ, ਜਿਹੜੇ ਇਹਨਾਂ ਦੇ ਲੀਡਰ ਹੈ ਤੇ ਇਹਨਾਂ ਦੇ ਜਿਹੜੇ MLA ਹੈ, ਆ ਸਾਰੇ ਰਲ ਗਏ ਨਸ਼ੇ ਵੇਚਣ ਵਾਲੇ ਨਾਲ। ਇਹਨਾਂ ਲੀਡਰਾਂ ਨੇ ਨਸ਼ੇ ਵੇਚਣ ਵਾਲੇ ਤੋਂ ਮਹੀਨਾ ਬੰਨ ਲਿਆ। ਇੱਕ ਇੱਕ MLA 5-5, 7-7 ਲੱਖ ਰੁਪਇਆ ਮਹੀਨੇ ਦੇ ਆ ਨਸ਼ੇ ਵੇਚਣ ਵਾਲਿਆਂ ਤੋਂ ਲੈਣ ਲੱਗ ਗਏ, ਤੇ ਪੁਲਿਸ ਨੂੰ ਕਹਿ ਦਿੱਤਾ, ਕਿਉਂਕਿ ਇਹਨਾਂ ਦੀ ਸਰਕਾਰ ਹੈ, ਥਾਣੇਦਾਰਾਂ ਨੂੰ ਕਹਿਤਾ, DSP ਨੂੰ ਕਹਿਤਾ ਕਿ ਆ ਨਸ਼ੇ ਵੇਚਣ ਵਾਲੇ ਨੂੰ ਛੇੜਨਾ ਨਹੀਂ। ਤੇ ਹੁਣ ਤੁਸੀਂ ਦੇਖੋ ਘਰ ਘਰ ਨਸ਼ਾ ਹੋ ਗਿਆ। ਤੁਸੀਂ ਦੇਖੋ ਕਿੰਨੇ ਨੌਜਵਾਨ ਮਾਰੇ ਗਏ ਹੈ, ਆਪਣੀ ਜਵਾਨੀ ਤਬਾਹ ਹੋ ਰਹੀ ਹੈ ਇਸ ਆਮ ਆਦਮੀ ਝਾੜੂ ਵਾਲੀ ਪਾਰਟੀ ਦੇ ਕਰਤੂਤਾਂ ਕਰਕੇ। ਇਸ ਕਰਕੇ ਅੱਜ ਬੜਾ ਇਤਿਹਾਸਕ ਦਿਨ ਹੈ। ਆ ਪਵਿੱਤਰ ਜਗ੍ਹਾ, ਇੱਥੇ ਮਾਏ ਭਾਗੋ ਜੀ ਦੀ ਇਤਿਹਾਸ ਬਾਰੇ ਤੁਸੀਂ ਜਾਣਦੇ ਹੋ। ਮੈਥੋਂ ਪਹਿਲੇ ਮਾਤਾ ਭਾਗ ਕੌਰ ਦਾ ਕੀ ਇਤਿਹਾਸ ਸੀ, ਕਿਵੇਂ ਉਹਨਾਂ ਨੇ ਵਿਦਾਵਾ ਪਵਾਇਆ, ਕਿਵੇਂ ਸਿੰਘਾਂ ਨੂੰ ਮਾਫੀ ਦਵਾਈ। ਮੈਂ ਬੇਨਤੀ ਕਰਦਾ ਤੁਸੀਂ ਸਾਰੇ ਮਾਈ ਭਾਗ ਕੌਰ ਦੇ ਵਾਰਿਸ ਹੋ। ਆਪਾਂ ਪੰਜਾਬ ਨੂੰ ਬਚਾਉਣਾ, ਅੱਛਾ ਪੰਜਾਬ ਨੂੰ ਵਾਪਸ ਸਹੀ ਲੀਹਾਂ ਤੇ ਲੈ ਕੇ ਆਉਣਾ, ਆਪਾਂ ਪੰਜਾਬ 'ਚ ਵਾਪਸ ਖੁਸ਼ੀਆਂ ਲੈ ਕੇ ਆਉਣੀਆਂ। ਜੇ ਤੁਸੀਂ ਸਾਰਾ ਕੁਛ ਚਾਹੁੰਦੇ ਹੋ ਤੇ ਆਪਣੀ ਪਾਰਟੀ, ਆਪਣੀ ਫੌਜ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ, ਖਾਲਸਾ ਪੰਥ ਦੀ ਨੁਮਾਇੰਦੀ, ਪੰਜਾਬ ਦੀ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸ ਤਗੜਾ ਕਰੋ, ਤੇ ਆ ਝਾੜੂ ਵਾਲਿਆਂ ਨੂੰ ਤੇ ਆ ਕਾਂਗਰਸੀਆਂ ਨੂੰ ਫਿਰ ਭਜਾਓ, ਤਾਂ ਹੀ ਪੰਜਾਬ ਬਚ ਸਕਦਾ ਹੈ। ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਕਿਉਂਕਿ ਤੁਸੀਂ ਬਹੁਤ ਦੇਰ ਦੇ ਇੱਥੇ ਆਏ ਹੋ। ਮੈਂ ਇੰਨਾ ਕਹਿਣਾ ਚਾਹੁੰਦਾ, ਤੁਸੀਂ ਵਾਪਸ ਪੰਜਾਬ ਦੀ ਸਰਕਾਰ ਅਕਾਲੀ ਦਲ ਦੀ ਬਣਾ ਦਿਓ। ਹਰ ਜਿਹੜਾ ਨੀਲੇ ਕਾਰਡ ਵਿੱਚ ਫਿਰ ਤੋਂ ਆਟਾ ਦਾਲ ਸਕੀਮ ਚਾਲੂ ਕਰਾਂਗੇ, ਫਿਰ ਤੋਂ ਤੁਹਾਡੇ ਘਰਾਂ 'ਚ ਆਟਾ ਦਾਲ ਫਿਰ ਤੋਂ ਭੇਜਾਂਗੇ। ਜਿਹੜਾ 1,000 ਰੁਪਇਆ ਇਹਨਾਂ ਨੇ ਆ ਝਾੜੂ ਵਾਲੇ ਨੇ ਵਾਅਦਾ ਕੀਤਾ ਸੀ, ਜੇ ਝਾੜੂ ਵਾਲੇ ਤੁਹਾਡੇ ਪਿੰਡਾਂ 'ਚ ਆਏ ਉਹਨਾਂ ਨੂੰ ਕਹੋ ਪਹਿਲੇ 24,000 ਦਿਓ, ਪਰ ਇਹਨਾਂ ਦਾ ਕੋਈ ਇਹਨਾਂ ਨੇ ਕੁਛ ਨਹੀਂ ਦੇਣਾ। ਜਦੋਂ ਬਾਦਲ ਸਾਹਿਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੁਹਾਡੀ ਆਪਣੀ ਆਊਗੀ, ਅਸੀਂ ਬੀਬੀਆਂ ਨੂੰ ਦੇਵਾਂਗੇ ਜੋ ਅਸੀਂ, ਤੁਹਾਨੂੰ ਪਤਾ ਹੈ ਜੋ ਅਸੀਂ ਕਹਿੰਦੇ ਹਾਂ ਕਰਦੇ ਹਾਂ। ਸ਼ਗਨ ਸਕੀਮ, ਸ਼ਗਨ ਸਕੀਮ ਜਿਹੜੀ ਬੰਦ ਹੋ ਗਈ ਹੈ ਚਾਲੂ ਕੀਤੀ ਜਾਊਗੀ। ਪੈਨਸ਼ਨ ਮਾਤਾ ਨੂੰ 2,500 ਰੁਪਇਆ ਮਹੀਨਾ ਚਾਲੂ ਕੀਤਾ ਜਾਊਗਾ। ਜਿਹੜੀ ਲੜਕੀਆਂ ਦੀ ਪੜ੍ਹਾਈ ਮੁਫਤ ਕੀਤੀ ਜਾਊਗੀ। ਹੁਣ ਜਿੰਨੇ ਵੀ ਅਸੀਂ ਚਾਹੁੰਦੇ ਹਾਂ ਕਿ ਬੀਬੀਆਂ ਸਿਆਸਤ ਵਿੱਚ ਆਉਣ, ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ, ਮਿਊਨਿਸਪਲ ਕਮੇਟੀਆਂ ਦੀ ਇਲੈਕਸ਼ਨ ਹੈ, ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ, 50% ਸੀਟਾਂ ਉਹ ਬੀਬੀਆਂ ਵਾਸਤੇ ਰੱਖੀਆਂ ਜਾਣਗੀਆਂ। 33% ਸੀਟਾਂ ਬੀਬੀਆਂ ਵਾਸਤੇ, MLA ਵਾਸਤੇ,
ਤੇ ਆਪਣੇ MP ਵਾਸਤੇ ਰੱਖੀਆਂ ਜਾਣਗੀਆਂ। ਅਸੀਂ ਵਾਅਦਾ ਕਰਦੇ ਹਾਂ ਜਦੋਂ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ 'ਚ ਬੀਬੀਆਂ ਵਾਸਤੇ ਕੀਤੀਆਂ ਜਾਣਗੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਜੇ ਬੀਬੀਆਂ ਹੀ ਹੈ ਜਿਹੜੀਆਂ ਘਰ ਨੂੰ ਸੰਭਾਲ ਕੇ ਰੱਖਦੀਆਂ, ਜੇ ਆਪਣੇ ਬੱਚੇ ਪੜ੍ਹ ਜਾਣਗੀਆਂ, ਆਪਣੀਆਂ ਬੇਟੀਆਂ ਪੜ੍ਹ ਜਾਣਗੀਆਂ, ਮਤਲਬ ਸਾਰਾ ਘਰ ਪੜ ਜਾਂਦਾ ਪੜ ਜਾਂਦਾ। ਅਸੀਂ ਚਾਹੁੰਦੇ ਹਾਂ ਕਿ ਆਪਣੀਆਂ ਬੀਬੀਆਂ ਵਿੱਚ ਹੌਸਲਾ ਹੋਏ ਤੇ ਤੁਸੀਂ ਹੁਣ ਮੈਂ ਬੇਨਤੀ ਕਰਦਾ ਅੱਜ ਤੋਂ ਜਿਵੇਂ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਹੋ ਗਈ ਸ਼ੁਰੂ, ਅਕਾਲੀ ਦਲ ਦੀ ਮੈਂਬਰਸ਼ਿਪ ਹੈ ਅੱਜ ਤੋਂ, ਅਸੀਂ ਇਸਤਰੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਮੈਂਬਰਸ਼ਿਪ ਸ਼ੁਰੂ ਕਰਨਾ ਕਰ ਰਹੇ ਹਾਂ। ਤੇ ਬੀਬੀਆਂ ਨੂੰ ਬੇਨਤੀ ਕਰਦਾ ਤੁਸੀਂ ਅਕਾਲੀ ਦਲ ਦੇ ਮੈਂਬਰ ਬਣੋ, ਆਪਣੀ ਤਾਕਤ ਬਣਾਓ, ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੂੰ ਤਗੜਾ ਕਰੋ, ਕਿਉਂਕਿ ਤੁਸੀਂ ਘਰੇ ਬਹਿਣ ਨਾਲੋਂ ਆਪਣੀ ਆਵਾਜ਼ ਨੂੰ ਉਠਾਓ, ਉਸ ਆਵਾਜ਼ ਨਾਲ ਲੜੋ ਤੇ ਜੇ ਤੁਸੀਂ ਇਕੱਠੇ ਹੋ ਕੇ, ਤੁਹਾਡੀ 50% ਆਬਾਦੀ ਹੈ, ਜੇ 50% ਆਬਾਦੀ ਇੱਕ ਝੰਡੇ ਥੱਲੇ ਇਕੱਠੇ ਹੋ ਜਾਏ, ਤੁਹਾਡੀਆਂ ਤਕਲੀਫਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ। ਤੁਹਾਡੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ, ਤੁਹਾਡੀਆਂ ਮੁਸ਼ਕਲ ਤੁਹਾਡੇ ਲੀਡਰ ਜਿਹੜੀ ਸਿਆਸੀ ਪਾਰਟੀਆਂ ਤੁਹਾਨੂੰ ਸੁਣਨ ਲੱਗ ਜਾਣਗੀਆਂ, ਤੁਹਾਡੇ ਘਰੇ ਘਰੇ ਆ ਕੇ ਤੁਹਾਡੇ ਮੁਸ਼ਕਲਾਂ ਹੱਲ ਕਰਨਗੇ। ਤੁਹਾਡੀ ਤਾਕਤ ਤਾਂ ਹੈ ਜੇ ਤੁਸੀਂ ਇਕੱਠੇ ਹੋ, ਪਰ ਇੱਕ ਮਨ ਬਣਾ ਲਿਓ। ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ, ਜਿਹੜਾ ਝਾੜੂ ਤੁਹਾਡੇ ਕੋਲ ਪੁਰਾਣਾ ਪਿਆ ਉਹਨੂੰ ਤਾਂ ਅੱਗ ਲਾ ਦਿਓ ਜਾ ਕੇ, ਕਿਉਂਕਿ ਉਹ ਝਾੜੂ ਨੇ ਹੀ ਮਰਵਾਇਆ ਸਾਰਿਆਂ ਨੂੰ, ਪੰਜਾਬ ਨੂੰ ਝਾੜੂ ਨੇ। ਤੇ ਜੇ ਝਾੜੂ ਵਾਲੇ ਤੁਹਾਡੇ ਪਿੰਡ 'ਚ ਆਏ ਤੇ ਜਿਹੜਾ ਝਾੜੂ ਘਰੇ ਆ ਉਹਦੇ ਨਾਲ ਫੇਰਿਓ ਪਹਿਲੇ ਉਹਨਾਂ ਨੂੰ, ਕਿਉਂਕਿ ਜਿੰਨੇ ਵੱਡੇ ਝੂਠੇ ਜਿੰਨੇ ਚੋਰ ਆ ਸਾਰੇ ਇਕੱਠੇ ਹੋਏ ਆ, ਪੰਜਾਬ ਨੂੰ ਇਹਨਾਂ ਝਾੜੂ ਵਾਲਿਆਂ ਨੇ ਤਬਾਹ ਕਰ ਦਿੱਤਾ। ਤੇ ਇਸ ਕਰਕੇ ਆਪਾਂ ਪੰਜਾਬ ਵਿੱਚ ਵਾਪਸ ਖੁਸ਼ੀਆਂ ਲਿਆਉਣ ਵਾਸਤੇ ਮੈਂ ਬੇਨਤੀ ਕਰਨਾ ਚਾਹੁੰਦਾ ਬੀਬੀਆਂ ਨੂੰ, ਤੁਸੀਂ ਮਨ ਬਣਾ ਲਓਗੇ ਨਾ ਫਿਰ ਕੋਈ ਤੂਫਾਨ ਤੁਹਾਡੇ ਸਾਹਮਣੇ ਖੜ ਨਹੀਂ ਸਕਦਾ। ਤੁਸੀਂ ਮਨ ਬਣਾ ਲਓ ਆਪਣੀ ਪਾਰਟੀ ਅਕਾਲੀ ਦਲ ਨੂੰ ਤਗੜਾ ਕਰਨਾ ਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਕਰਾਉਣਾ, ਕੋਈ ਵੀ ਅੱਗੇ ਸਾਹਮਣਾ ਨਹੀਂ ਕਰ ਸਕਦਾ, ਤੁਹਾਡੀ ਏਡੀ ਵੱਡੀ ਤਾਕਤ ਹੈ। ਜਿਵੇਂ ਅੱਜ ਤੁਹਾਡੀ ਬੀਬੀਆਂ ਦੀ ਕਾਨਫਰੰਸ ਹੈ, ਪਰਸੋਂ ਅਸੀਂ ਅਕਾਲੀ ਦਲ ਦੀ ਕਾਨਫਰੰਸ ਲੱਗੀ ਹੈ, ਮੈਨੂੰ ਤਾਂ ਡਰ ਲੱਗਣ ਲੱਗ ਗਿਆ, ਮੈਨੂੰ ਲੱਗਦਾ ਤੁਹਾਡਾ ਘੱਟ ਸਾਡੇ ਨਾਲੋਂ ਜ਼ਿਆਦਾ ਹੋਣਾ। ਉਹ ਜਿਹੜੇ ਲੀਡਰ ਜੇ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਕਹਿ ਦਾਂ ਕਿ ਬੇਇੱਜ਼ਤੀ ਨਾ ਕਰਾ ਦਿਓ ਕਿਤੇ, ਜਿਵੇਂ ਐਂ ਲੱਗਦਾ ਮੈਨੂੰ ਲੱਗਦਾ ਅਗਲੀ ਵਾਰ ਮੈਂ ਕਿਆ ਕਰਾਂਗਾ, ਮੇਰੀ ਤਾਂ ਮੈਂ ਬੈਠਿਆ ਸੀ ਕੁਰਸੀ ਤੇ ਬੈਠਾ ਸੋਚ ਰਿਹਾ ਸੀ ਅਗਲੀ ਵਾਰ ਬੀਬੀਆਂ ਦੀਆਂ ਰੈਲੀਆਂ ਰੱਖਿਆ ਕਰੋ, ਉਹ ਵਧੀਆ ਹੁੰਦੀਆਂ, ਕਿਉਂਕਿ ਤੁਸੀਂ ਇੱਕ ਤਾਂ ਜੋ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਜਾਏ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦੇ ਹੋ, ਨਾਲੇ ਤੁਸੀਂ ਜਿੰਨੇ ਆਪਣੇ ਬੰਦੇ ਆ ਉਹਨਾਂ ਕਹਿੰਦਾ ਤੁਸੀਂ ਰੋਟੀਆਂ ਪਕਾਓ ਤੇ ਅਸੀਂ ਕਾਨਫਰੰਸ ਜਾ ਕੇ ਆ ਰਹੇ ਹਾਂ। ਤਾਂਹੀਓ ਅੱਜ ਅਸੀਂ ਫੈਸਲਾ ਕੀਤਾ ਕਿ ਸਟੇਜ ਤੇ ਸਾਰੀਆਂ ਬੀਬੀਆਂ ਬੈਠਣਗੀਆਂ, ਹੌਲੀ ਹੌਲੀ ਬੀਬੀਆਂ ਕੋਲੇ ਕਮਾਣ ਜਾਈ ਜਾਂਦਾ, ਘਰ ਦਾ ਤਾਂ ਤੁਹਾਡੇ ਕੋਲੇ ਹੈਗਾ ਹੀ ਹੈ। ਪਰ ਫਿਰ ਤੋਂ ਮੈਂ ਅਖੀਰ ਚ ਕਹਿਣਾ ਚਾਹੁੰਦਾ
ਪੰਜਾਬ ਨੂੰ ਬਚਾ ਲਓ। ਸਹੀ ਮੈਂ ਤੁਹਾਨੂੰ ਦੱਸਾਂ, ਤੁਸੀਂ ਸਾਰੇ ਦੇਖ ਰਹੇ ਹੋ, ਮੈਂ ਮਖੌਲ ਦੀ ਗੱਲ ਨਹੀਂ, ਮੈਂ ਸਹੀ ਕਰਿਆ। ਜੈ ਜੀ ਹਾਲਾਤ ਆ ਝਾੜੂ ਵਾਲਿਆਂ ਨੇ ਬਣਾਤੀ ਹੈ, ਜੈ ਜਾ ਨਲਾਇਕ ਨਖਿੱਧ ਨਿਕੰਮਾ ਆ ਮੁੱਖ ਮੰਤਰੀ ਹੈ। ਮੁੱਖ ਮੰਤਰੀ ਦਾ ਕਹਿਣ ਦਾ ਲਾਇਕ ਹੀ ਨਹੀਂ ਆ, ਦੁੱਖ ਮੰਤਰੀ ਕਹਿ ਦੋ, ਦੁੱਖ ਦਿੰਦਾ, ਮੁੱਖ ਤਾਂ ਦਿੰਦਾ ਹੀ ਨਹੀਂ, ਸੁੱਖ ਦਿੰਦਾ ਹੀ ਨਹੀਂ। ਅਤੇ ਅੱਜ ਦੀ ਮੈਂ ਫਿਰ ਤੋਂ ਸਾਰੀ ਲੀਡਰਸ਼ਿਪ ਨੂੰ, ਸਾਡੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੂੰ ਮੈਂ ਵਧਾਈ ਦੇਣਾ ਚਾਹੁੰਦਾ, ਅਤੇ ਮੈਂ ਸਮੁੱਚੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਟੀਵੀ ਦੇ ਸਾਹਮਣੇ ਦੇਖ ਰਹੀ ਹੈ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਬੀਬੀਆਂ ਨੇ ਮਿਹਨਤ ਕਰਕੇ ਐਡਾ ਵੱਡਾ ਇਕੱਠ ਕੀਤਾ, ਜੇ ਸਾਰੇ ਲੱਗ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਦਾ, ਭਾਵੇਂ ਝਾੜੂ ਵਾਲੇ, ਭਾਵੇਂ ਕਾਂਗਰਸ ਵਾਲੇ, ਭਾਵੇਂ ਕੋਈ ਮਰਜ਼ੀ ਇਕੱਠਾ ਹੋ ਜਾਏ, ਜੇ ਬੀਬੀਆਂ ਇਕੱਠੀਆਂ ਹੋ ਗਈਆਂ ਝੰਡੇ ਥੱਲੇ, ਆ ਬੀਬੀਆਂ ਸਾਰਿਆਂ ਨੂੰ ਭਜਾ ਦੇਣਗੇ ਤੇ ਵਾਪਸ ਪੰਜਾਬ ਵਿੱਚ ਪੰਥ ਦਾ, ਆਪਣੀ ਪਾਰਟੀ ਦਾ ਰਾਜ ਲਿਆਉਣਗੀਆਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।